सोटी लई ते बाहर आ गई। बीबिया पुछन लगे नी अम्मा किथे चली है, ते ओ वड्डी अम्मा कहन लगी नी सुनया है हलीमा घर एक सोहना आया है। आए है सदके तुहाडे सुभान अल्लाह तो नी हलीमा घर सोहना आया, मैं ते ओ ता चली गा वेखण। हुण अम्मा ने फिर क्या बीबिया नू, हा अम्मा कहन लगी आया है जलाल सादिया दे घर वेखण ता चलिए। चलिए ना चलिए जाना चाहते हो फिर मिल के बोलो बाबा जी आया हिंगलाल सादिया दे घर देखने ता चलिए। आया हिंगलाल सादिया दे घर देखने ता चलिए। बड़ी बदलिए आओ मेरे नाल, आओ मेरे नाल, आओ मेरे नाल सादिया दे शेर समझ के ना बोले तके सुमानी चाहिए समझना दिल गल बोलना। हुजूर का हुसन पढ़ रहे हैं। बड़ी अम्मा कह लगी सुने आए हसे लगे दिन चढ़ जाता है। सुने आए हसे लगे दिन चढ़ जाता है। भाई शास्त्र सुने आए हसे लगे ए दिन चढ़ जाता है। उंगली हिला के चन्न हिलाता है। ऐसा बा कमाल सादिया दे घर देखने ता चलिए। मेरे बोलो आओ मेरे नाल सादिया दे घर देखने ता चलिए, देखने ता चलिए। मैं पूछ आई ते चंद को मैं कहूँ सी नहीं करता था शफकत भाई ये करण ते नहीं मर्जी। मैं पूछ आई तो ये चन कोलो किसने तेनु वीरीद कराई आई। जवानों आपके लिए पढ़ो, जवानों सत्तर साल का जवान चुप न रहे मैं शेर पढ़ा दे। मैं पूछ आई तो ये चन कोलो किसने तेनु वीरीद कराई आई। चंद आख्या मैं भी जिंदगी विच वो जेड़ा भी बंदा आवे दस रुपये देवे, जेड़ा भी बंदा आवे दस रुपये देवे।
ਉਹਦੇ ਕੋਲ ਬਰਦਾਸ਼ਤ ਨਾ ਹੋਵੇ ਕਹਿੰਦਾ ਯਾਰ ਮੈਂ ਬੜਾ ਜ਼ੋਰਦਾਰ ਹੈ ਤੇ ਬੰਦੇ 10 ਤੋਂ ਵੱਧ ਹੁੰਦੇ ਹੀ ਨਹੀਂ। ਬਾਬਾ ਜੀ ਉਹਦੇ ਕੋਲ ਬਰਦਾਸ਼ਤ ਨਾ, ਕਹਿਣ ਲੱਗਿਆ ਲੱਗਦਾ ਵੀ ਤੁਹਾਡੇ ਪਿੰਡ ਸਿਰਫ 10 ਦਾ ਰੋਟ ਚੱਲਦਾ। ਅੱਛਾ ਜੇ ਕੋਈ ਨਾਥ ਸਾਹਿਬ ਗੱਲ ਕਰ ਲਏ ਮਜਮੇ ਚ ਬੰਦੇ ਉਸ ਤੋਂ ਵੀ ਦੇਰ ਬੈਠੇ ਹੋਏ। ਇੱਕ ਬੰਦਾ ਆਇਆ ਉਹਨੇ ਆ ਕੇ 500 ਰੁਪਏ ਦਿੱਤਾ ਤੇ ਨਾਥ ਸਾਹਿਬ ਭਾਈ ਕਹਿੰਦਾ ਨਹੀਂ ਯਾਰ ਮੈਂ ਗਲਤ ਸੀ, ਤੁਹਾਡੇ ਕੋਲ ਤਾਂ 500 ਦਾ ਨੋਟ ਵੀ ਹੈ। ਉਹਨੇ ਫਿਰ ਅੱਖਾਂ ਬੰਦ ਕਰਕੇ ਫਿਰ ਨਾਚ ਸ਼ੁਰੂ ਕਰਤੀ। ਜਦੋਂ ਅੱਖਾਂ ਖੋਲੀਆਂ ਤਾਂ ਉਹ ਬੰਦਾ ਖੜਾ ਸੀ, ਕਹਿੰਦਾ ਕਿਹਾ ਭਾਈ ਮਿਹਰਬਾਨੀ ਜਾ ਕੇ ਬੈਠੋ, ਅੱਲਾਹ ਤੁਹਾਨੂੰ ਖੁਸ਼ ਰੱਖੇ, ਤੁਸੀਂ ਖਿਦਮਤ ਕੀਤੀ। ਕਹਿੰਦਾ ਨਾਥ ਖਾਨ ਪਿਆ ਆਪਣੇ 10 ਰੁਪਏ ਕੱਟ ਲੈ, 490 ਮੈਨੂੰ ਵਾਪਸ ਦੇ। ਤੇ ਉਹ ਵਾਪਸ ਨਹੀਂ ਲੈਣੇ ਨਾ ਤੁਸੀਂ। ਆਇਆ ਲਾਲ ਸਾਦੀਆਂ ਦੇ ਘਰ ਵੇਖਣੇ ਨੱਚਣੀਏ, ਆਇਆ ਹਿੰਦਲਾਲ ਸਾਦੀਆਂ ਦੇ ਘਰ ਵੇਖਣੇ ਨੱਚਣੀਏ। ਇਹਨੇ ਪੈਸੇ ਦੇ ਨਹੀਂ ਕਰ, ਆਪ ਜੀ ਇਹ ਕਿਰਪਿਆ ਨਾ, ਜੇ ਮੈਂ ਪੈਸੇ ਦੇ ਨਹੀਂ ਆਇਆ, ਜੇ ਮੇਰਾ ਘਰ ਹੈ ਕਾਰੀ ਸ਼ਵਾਕ ਸਾਹਿਬ ਤੇ ਮੇਰਾ ਕਰੀਬੀ ਰਿਸ਼ਤਾ ਹੈ, ਇਹ ਤਾਂ ਮੈਂ ਯਹਾਂ ਬਸ ਕਿ ਮਿਹਰਬਾਨੀ ਹੈ, ਉਹਨੇ ਬੁਲਾ ਲਿਆ, ਇਤਨੀ ਬੜੀ ਮਿਹਰਬਾਨੀ ਹੈ। ਮੈਂ ਪੈਸਾ ਤਾਂ ਰੋਜ਼ ਹੀ ਅੱਲਾਹ ਪਾਕ ਦੇ ਰਿਹਾ, ਨਬੀ ਕੇ ਸਦਕੇ ਇਤਨਾ ਦੇ ਰਿਹਾ, ਪਤਾ ਹੀ ਨਹੀਂ। ਹੁਣ ਮੈਨੂੰ ਪਤਾ ਨਹੀਂ ਮੇਰੇ ਜੇਬ 'ਚ ਕਿੰਨੇ ਪੈਸੇ। ਯਕੀਨ ਕਰੋ ਅੱਲਾਹ ਜਾਣਦਾ, ਨਬੀ ਦਾ ਨਾਂ ਲੈਣਾ ਕੋਈ ਆਮ ਨਾਂ ਹੈ? ਪਤਾ ਨਬੀ ਦਾ ਨਾਂ ਲੈ ਕੇ ਭੁੱਖਾ ਰਹਿ ਸਕਦਾ ਹੈ? ਤੁਸੀਂ ਵੀ ਨਬੀ ਦਾ ਨਾਂ ਲਓ, ਪਤਾ ਹੀ ਨਹੀਂ ਚੱਲੇਗਾ ਲੋਕ ਕਿਤਨੀ ਖਿਦਮਤ ਕਰਦੇ ਨੇ। ਆਓ ਮੈਂ ਕਿ ਚੱਲਣਾ ਤੁਹਾਡਾ ਟਾਈਮ ਸਾਇਆ ਨਹੀਂ ਕਰਦਾ। ਆਇਆ ਹਿੰਦ ਲਾਲ ਸਾਦੀਆਂ ਦੇ ਘਰ ਵੇਖਣੇ ਨੱਚਣੀਏ। ਅੰਮਾ ਕਹਿਣ ਲੱਗੀ, ਅੰਮਾ ਕਹਿਣ ਲੱਗੀ ਸੁਣੇ ਆਏ ਸੁਣੇ ਆਏ ਉਹਦੀ ਅੱਗੇ। ਜਦੋਂ ਬੰਦੇ ਸੁਭਾਨ ਅੱਲਾਹ ਕਹਿੰਦਾ ਫਿਰ ਮੇਰਾ ਦਿਲ ਕਰਦਾ ਨਾ ਮੈਂ ਇਕੱਲੇ ਰਹਿ ਕੇ। ਸੁਣੇ ਆਏ ਸੁਣੇ ਆਏ ਉਹਦੀ ਅੱਗੇ ਚੱਕ ਛੁੱਟ ਜਾਂਦਾ ਏ। ਜਿਸ ਵੇਲੇ ਰੁਕਦਾ ਸਮਾਂ ਨਾ ਰੁਕ ਜਾਂਦਾ ਏ। ਜਿਸ ਵੇਲੇ ਰੁਕਦਾ ਸਮਾਂ ਨਾ ਰੁਕ ਜਾਂਦਾ ਏ। ਅੱਲਾ ਨੇ ਇੱਕ ਬਦਲੀ ਦੀ ਡਿਊਟੀ ਲਾਈ ਸੀ, ਜਿਵੇਂ ਜਿਵੇਂ ਮੇਰਾ ਨਬੀ ਟੁਰੇਗਾ ਤੂੰ ਉਵੇਂ ਉੱਤੇ ਰਹਿਣਾ। ਜਿੱਥੇ ਮੇਰੇ ਨਬੀ ਰੁਕ ਗਏ ਬੱਦਲ ਉੱਥੇ ਰੁਕ ਗਿਆ। ਇਹੀ ਤਾਂ ਕਹਿ ਰਿਹਾ ਸੁਣੇ ਆਏ ਉਹਦੀ ਅੱਗੇ ਰੁੱਖ ਛੁੱਕ ਜਾਂਦਾ ਏ। ਜਿਸ ਵੇਲੇ ਰੁਕਦਾ ਸਮਾਂ ਨਾ ਰੁੱਕ ਜਾਂਦਾ ਏ। ਬਾਬਾ ਜੀ ਹੱਥ ਚੱਕਣਾ, ਐਡੀ ਸੋਹਣੀ ਚਾਲ ਐਡੀ ਸੋਹਣੀ ਚਾਲ ਸਾਦੀਆਂ ਦੇ ਘਰ ਵੇਖਣੇ ਨੱਚਣੀਏ। ਪਤਾ ਚੱਲਿਆ ਵੀ ਤੇਰੇ ਘਰ ਇੱਕ ਸੋਹਣਾ ਆਇਆ। ਅੰਮਾ ਕਹਿੰਦੀ ਹਾਂ ਵੱਡੀ ਅੰਮਾ ਆਇਆ ਤੇ ਹੈ ਵਾ ਪਰ ਸੋਹਣਾ ਨਹੀਂ। ਹੌਸਲਾ ਹੌਸਲਾ ਹੌਸਲਾ, ਸੋਹਣਾ ਤੇ ਆਇਆ ਬੱਚਾ ਹੈ ਪਰ ਸੋਹਣਾ ਨਹੀਂ। ਉਹਨੇ ਕਿਹਾ ਹਲੀਮਾ ਅਸੀਂ ਤਾਂ ਸੋਹਣਾ ਸੋਹਣਾ ਹੈ। ਅੰਮਾ ਕਹਿੰਦੀ ਸੋਹਣਾ ਨਹੀਂ ਬੜਾ ਹੀ ਸੋਹਣਾ। ਹਾਏ ਹਾਏ ਲਓ ਮੈਂ ਇੱਥੋਂ ਹੁਣ ਪੜ੍ਹਨਾ। ਉਹਨੇ ਕਿਹਾ ਅੰਮਾ ਕਿੱਥੋਂ ਲੈ ਕੇ ਆਈ, ਕੌਣ ਹੈ, ਕੀ ਹੈ, ਦੱਸ ਤਾਂ ਸਹੀ। ਹੁਣ ਫਿਰ ਅੰਮਾ ਹਲੀਮਾ ਬੋਲੀ, ਅੰਮਾ ਕਹਿਣ ਲੱਗੀ ਆਖੇ ਹਲੀਮਾ ਅੰਮਾ ਕਹਿਣ ਲੱਗੀ ਆਖੇ ਹਲੀਮਾ ਹੋਇਆ ਕਮਾਲੇ ਜਿਹਦਾ ਬੋਲੀ ਕੋਈ ਨਹੀਂ ਉਹ ਬੋਲਿਆ ਲਾਲੇ
तोड़े को नाद रहनी है जिन्हें बुजुर्ग बैठे आंखें हलीमा होया कबाले जिदा मुल्ली कोई नहीं ओ किले आलाले अम्मा कहती है सोना नहीं बल्कि जेड़ा सब तू सोना है ओनू लेके आईया जिथे लिखता पैरे जेड़ा सब तू सोना लेके आईया लेके आईया सियाने बंदे दियां गल्लां भी सियाने कारी साहब वो बीबी कहन लगी अच्छा ये गल है जेड़ा सब तो सोना है बर्दाश्त ना होए ना कितनी हलीमा ऐ जेड़ा मुंडा खड़ा है ये कौन है आखन लगी हलीमा ये मेरा पुत्र है नहीं तेरा सक्का पुत्र तो है नहीं देख तक किन्ना सोना मैं सदके मैं कुर्बान किन्ना सोना तेरा मुंडा अम्मा ने क्या हाँ अम्मा ये भी सोना है नहीं बोलते सुबहला पढ़ते सी तो अम्मा ने क्या बोला ये भी सोना है ये तो सुबहला पढ़ते सी नहीं अम्मा ने कहा हाँ ये भी सोना है तू कहीं हलीमा तू तो कही जानी है सब तो सोना सब तो सोना सब तो सोना ऐ तेरे सके पुत्र नाल भी सोना है हाय 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 अम्मा ने कहा नहीं अम्मा की पूछती सका पुत्र किथे मेरा पुत्र किथे आमना दा पुत्र तू कुजा मन कुजा ये कहां वो हुण इत्थे शेर सुनना यकीन करो घर जाके सुभान अल्लाह कहो सुनना तेरा वो वड्डी अम्मा कहण लगी नहीं हलीमा तू बड़ी सियाणी बन गई भला भला मावां नूं तां सकी औलाद नहीं प्यारी हुंदी सके पुत्र नाल कोई नहीं रलदा ते अम्मा फिर बोली हाय हाय अम्मा हलीमा बोल के कहण लगी कि अम्मा सुन इस विच ते सकिया अम्मा ने अपने सगे पुत्र वाले आख्या ये जेड़ा सब तू सोना है ओनू लेके आईया उन्हें कि अम्मा तू कली नहीं लेके आई असी भी लेके आईया वो बीबे दे नाल आई सी कह लगे तू कली लेके आई असी भी लेके आईया उन्हें कहा साडे पुत्र भी बड़े सोहने ने ते अम्मा कहन लगी नी पहले हाल की सन पहले हाल की सन हुण हाल की ने पहले हाल की सन हुण हाल की ने तेरे लाल अगे तुहाडे लाल की ने अमन गया जेड़ा सब तू सोना है ओनू लेके आईया मंगिया करो मंगिया करो कोठियां कारा पतले ना मंगिया करो नबी की ज़ियारत मंगिया करो नहीं हलीमा लैके कितों आई है कितों ले आई है हाय हाय अम्मा नु फिर मक्का याद आ गया खाना काबा दा गुलाब फड़ के अम्मा रो रही थी ना
ਸੁਣਦੇ ਹੋ ਨਾ ਉਹਦਾ ਮਾਂ ਅੰਮਾ ਰੋ ਰਹੀ ਸੀ, ਕੋਈ ਬੱਚਾ ਨਹੀਂ ਦਿੰਦਾ ਸੀ ਅੰਮਾ ਨੂੰ। ਅੰਮਾ ਨੂੰ ਵੇਲਾ ਯਾਦ ਆ ਗਿਆ, ਅੰਮਾ ਦੇ ਅੱਖਾਂ ਵਿੱਚੋਂ ਆਂਸੂ ਆ ਗਏ। ਕਹਿੰਦੇ ਨਹੀਂ ਕੀ ਪੁੱਛਦੀ ਆਂ, ਮੈਨੂੰ ਕੋਈ ਨਹੀਂ ਦਿੰਦਾ ਸੀ ਬੱਚਾ। ਇੱਕ ਬੰਦਾ ਮਿਲਿਆ ਜਿਹਨੂੰ ਖਾਜਾ ਅਬਦੁਲ ਮੁਤਲਿਬ ਕਹਿੰਦੇ ਨੇ, ਨਬੀ ਦਾ ਦਾਦਾ ਮਿਲਿਆ ਮੈਨੂੰ। ਉਹਨੇ ਆਖਿਆ ਨੀ ਹਲੀਮਾ ਕਿਉਂ ਰੋਂਦੀ ਆ, ਉਹ ਸਾਹਮਣੇ ਘਰ ਹੈ, ਤੂੰ ਦਰਵਾਜ਼ਾ ਖੜਕਾਈ, ਤੈਨੂੰ ਬੱਚਾ ਨਹੀਂ ਲੱਭਣਾ, ਤੈਨੂੰ ਪੂਰੀ ਦੁਨੀਆ ਲੱਭ ਜਾਣੀ। ਕਹਿੰਦੀ ਮੈਂ ਗਈ ਤੇ ਉਹ ਅੰਮਾ ਦਰਵਾਜ਼ਾ ਹੀ ਨਹੀਂ ਖੋਲਦੀ ਸੀ। ਅਸਲ ਜੇ ਨਾ ਸਮਝੇ ਸੁਣਦੇ ਰਹਿੰਦੇ ਹੋ, ਮੇਰਾ ਕੋਈ ਅਜੀਬ ਹੀ ਕੋਈ ਮਿਜ਼ਾਜ ਹੈ ਪੜ੍ਹਨ ਦਾ, ਪਤਾ ਨਹੀਂ ਤੁਹਾਨੂੰ ਪਸੰਦ ਵੀ ਹੈ ਕਿ ਨਹੀਂ, ਪਰ ਨਾ ਪਸੰਦ ਹੋਵੇ ਅੱਲਾਹ ਨੂੰ ਤਾਂ ਪਸੰਦ ਹੈ, ਪਸੰਦ ਹੈ ਤਾਂ ਪੜ੍ਹ ਰਿਹਾ ਸੁਣਨਾ ਤਰ੍ਹਾਂ। ਉਹ ਹੁਣ ਅੰਮਾ ਦਰਵਾਜ਼ਾ ਨਹੀਂ ਖੋਲਦੀ ਸੀ, ਗੱਲ ਸੁਣਾ ਰਹੀ ਹੁਣ ਅੰਮਾ। ਉਹ ਮੈਂ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਅੰਮਾ ਕਹਿੰਦੀ ਨਹੀਂ ਦੇਣਾ, ਸਾਡੇ ਕੋਲ ਬੱਚਾ ਨਹੀਂ ਹੈ। ਤੇ ਮੈਂ ਪੁੱਛਿਆ ਕਿ ਆਮਣਾ ਕਿਉਂ ਨਹੀਂ ਦੇਣਾ? ਤੇ ਅੱਗੋਂ ਹਜ਼ਰਤ ਆਮਣਾ ਨੇ ਕਿਹਾ ਵੀ ਹਲੀਮਾ ਪਹਿਲੇ ਦੀਆਂ ਆਉਂਦੀਆਂ ਨੇ, ਬੀਬੀਆਂ ਵੇਖਦੀਆਂ ਨੇ, ਕਹਿੰਦੇ ਨੇ ਪੁੱਤਰ ਤੇਰਾ ਬੜਾ ਸੋਹਣਾ ਹੈ ਆਮਲਾ, ਇਹਦੇ ਅੱਗਾ ਪੁੱਤਰ ਕੋਈ ਨਹੀਂ। ਤੇ ਜਦੋਂ ਅਸੀਂ ਵਾਪਸ ਲੈ ਕੇ ਆਵਾਂਗੇ ਤੇਰੇ ਪੁੱਤਰ ਨੂੰ, ਫਿਰ ਤੂੰ ਕਿੰਨੇ ਪੈਸੇ ਦੇਵੇਂਗੀ ਸਾਨੂੰ? ਤੇ ਜਦੋਂ ਮੈਂ ਦੱਸਦੀ ਹਾਂ ਨਾ ਵੀ ਇਹਦਾ ਆਪੂ ਕੋਈ ਨਹੀਂ, ਯਤੀਮ ਬੱਚਾ ਮੇਰਾ, ਇਹਦਾ ਆਪੂ ਕੋਈ ਨਹੀਂ, ਤੇ ਫੌਰਨ ਮੇਰੇ ਕਹਿੰਦੇ ਨਹੀਂ ਨਹੀਂ ਸਾਨੂੰ ਯਤੀਮ ਬੱਚਾ ਨਹੀਂ ਚਾਹੀਦਾ, ਬਸ ਇੱਥੋਂ ਕੀ ਲੱਭਣਾ। ਅੱਲਾਹ ਨੇ ਕਿਹਾ ਹੋਗਾ ਚਲੀਆਂ ਜੋ, ਚਲੀ ਜਾਓ, ਤੁਹਾਨੂੰ ਲੱਭਣਾ ਵੀ ਨਹੀਂ, ਤੁਹਾਨੂੰ ਨਹੀਂ ਲੱਭਣਾ, ਚਲੀਆਂ ਜਾਓ। ਕਹਿੰਦੀ ਫਿਰ ਮੈਂ ਗਈ, ਫਿਰ ਮੈਂ ਲੈ ਆਈ, ਕਿੱਥੋਂ ਲਿਆਈ ਹੈ? ਹੁਣ ਸੁਣਨਾ ਬਾਬਾ ਜੀ, ਦਿਲ ਤੇ ਹੱਥ ਰੱਖਣਾ, ਮਸਜਿਦ ਨਾ ਹੁੰਦੀ ਨਾ ਤਾਂ ਸ਼ਾਇਦ ਪਿੰਡ ਆਪ ਖੜਾ ਹੀ ਹੋ ਜਾਂਦਾ ਮਜਮਾ, ਲੇਕਿਨ ਖੜਾ ਨਹੀਂ ਹੋਣਾ, ਬਹਿ ਕੇ ਦੱਸਣਾ ਕਿ ਅਸੀਂ ਬੈਠੇ ਹਾਂ। ਹਜ਼ਰਤ ਹਲੀਮਾ ਸਾਦੀਆ ਕਹਿੰਦੀ ਸਿੱਧੀ ਨੂੰ ਅਹਿਮਦ ਅੱਲਾ ਮਿਲਾਏ, ਸਿੱਧੀ ਨੂੰ ਅਹਿਮਦ ਅੱਲਾ ਮਿਲਾਏ, ਉਹਨੂੰ ਲੱਖ ਸਲਾਮਾਂ ਜਿਸ ਬਾਦ ਜਾਏ। ਜਿਹੜਾ ਸਭ ਤੂੰ ਸੋਹਣੇ ਉਹਨੂੰ ਲੈ ਕੇ ਆਈਆਂ, ਉਹਨੂੰ ਲੈ ਕੇ ਆਈਆਂ, ਜਿਹੜਾ ਸਭ ਤੂੰ ਸੋਹਣੇ।